ਸਰਕਾਰ ਨੇ ਫੈਸਲਾ ਕੀਤਾ ਕਿ ਕੈਂਸਰ ਬਿਮਾਰੀ ਦੇ ਉਹਨਾਂ ਮਰੀਜ਼ਾਂ ਨੂੰ ਹੁਣ ਪੈਨਸ਼ਨ ਦਿੱਤੀ ਜਾਊਗੀ ਜਿਨ੍ਹਾਂ ਦੀ ਤੀਸਰੀ ਅਤੇ ਚੌਥੀ ਸਟੇਜ ਆ ਉਹਨਾਂ ਨੇ ਉਹਨਾਂ ਨੂੰ ਸਰਕਾਰ ਨੇ ਹੁਣ 2750 ਰੁਪਏ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਮੁੱਖ ਮੰਤਰੀ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਇਹ ਐਲਾਨ ਕੀਤਾ ਸੀ ਭਰੋਸਾ ਦਿੱਤਾ ਸੀ ਕਿ ਜਦ ਵੀ ਉਹ ਮੌਕਾ ਮਿਲੇ ਪੂਰੀ ਤਿਆਰੀ ਕਰਕੇ ਉਹਨਾਂ ਮਰੀਜ਼ਾਂ ਨੂੰ ਪੈਨਸ਼ਨ ਦਿੱਤੀ ਜਾਊਗੀ ਜਿਨ੍ਹਾਂ ਨੂੰ ਕੈਂਸਰ ਤੀਸਰੀ ਜਾਂ ਚੌਥੀ ਸਟੇਜ ਤੇ ਆਏ ਫੈਸਲਾ ਹੋਣਾ ਹਰਿਆਣਾ ਸਰਕਾਰ ਨੇ ਲੈ ਲਿਆ ਹਰਿਆਣਾ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਇੱਕ ਕੈਬਨਿਟ ਮੀਟਿੰਗ ਕੀਤੀ ਗਈ ਹੈ ਕੈਬਨਿਟ ਮੀਟਿੰਗ ਦੇ ਵਿੱਚ ਇਹ ਘੋਸ਼ਣਾ ਕੀਤੀ ਗਈ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੂਰ ਲਾਲ ਖੱਟਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹਰਿਆਣਾ ਦੇ ਵਿੱਚ ਵੱਸਦੇ ਉਹਨਾਂ ਕੈਂਸਰ ਮਰੀਜ਼ਾਂ ਨੂੰ ਸਰਕਾਰ ਵਿੱਤੀ ਤੌਰ ਤੇ ਮਦਦ ਕਰ ਰਹੀਗੀ ਜਿਨ੍ਹਾਂ ਨੂੰ ਤੀਸਰੀ ਜਾਂ ਚੌਥੀ ਸਟੇਜ ਦੀ ਕੈਂਸਰ ਹੈ ਹਰਿਆਣਾ ਵਿਧਾਨ ਸਭਾ ਦਾ ਜਿਹੜਾ ਸਰਦਰ ਉਜਲਾਸ ਸਾ ਉਹ 15 ਦਸੰਬਰ ਨੂੰ ਹੋਵੇਗਾ ਉਸ ਦੀ ਪ੍ਰਵਾਨਗੀ ਵੀ ਦਿੱਤੀ ਗਈ ਆ ਲੇਕਿਨ ਨਾਲ ਦੀ ਨਾਲ ਜਿਹੜਾ ਕੈਬਨਿਟ ਵਿੱਚ ਫੈਸਲਾ ਲਿਆ ਗਿਆ ਉਹਦੇ ਚ ਹੈ ਕਿ ਸਰਕਾਰ ਨੇ ਕੈਂਸਰ ਦੇ ਤੀਸਰੇ ਤੇ ਚੌਥੇ ਜਿਹੜੇ ਫੇਜ਼ ਦੇ ਜਿਹੜੇ ਬ੍ਰੀਜ ਹੁੰਦੇ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ ਇਹ ਸਹਾਇਤਾ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ ਹੀ ਦਿੱਤੀ ਜਾਏਗੀ ਜਿਹੜੇ ਲਾਭਪਾਤਰੀ ਉਹ ਕੈਂਸਰ ਰੋਗੀਆਂ ਨੂੰ ਜਿਹੜੇ ਨੇ ਉਹਨਾਂ ਨੂੰ ਜਿਹੜਾ ਬੁਢਾਪਾ ਪੈਨਸ਼ਨ ਦੇ ਤਰ ਦੇ ਦਿੱਤੇ ਹੀ ਪੱਤਾ ਯੋਜਨਾ ਸਕੀਮ ਦੇ ਤਹਿਤ ਉਹਨਾਂ ਨੂੰ 1 ਜਨਵਰੀ 2024 ਤੋਂ ਸਰਕਾਰ ਨੇ 2750 ਰੁਪਏ ਦੇਣ ਦਾ ਐਲਾਨ ਕੀਤਾ ਹੈ ਹਰਿਆਣਾ ਵਿੱਚ ਸਾਲ 2020 ਦੇ ਵਿੱਚ 29000 ਕੈਂਸਰ ਦੇ ਮਰੀਜ਼ ਆਏ ਸਨ ਕੈਂਸਰ ਦੇ ਤੀਸਰੇ ਦੇ ਚੌਥੇ ਸਟੇਜ ਦੇ ਕਰੀਬ 64 ਜਿਹੜੇ ਫੀਸ ਦੀ ਮਰੀਜ਼ ਨੇ ਉਹ ਗਰੀਬ ਪਰਿਵਾਰਾਂ ਦੇ ਨਾਲ ਹੀ ਸਬੰਧ ਰੱਖਦੇ ਨੇ ਸਰਕਾਰ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਜਿਹੜੇ ਕੈਂਸਰ ਦੇ 29000 ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਤੇ ਹੁਣ ਤੱਕ ਕਰੀਬ ਹਰਿਆਣਾ ਦੇ ਵਿੱਚ 16000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹ ਕੈਂਸਰ ਦੇ ਨਾਲ ਵੀ ਹੋ ਚੁੱਕੀਆਂ ਨੇ ਔਰ ਇਹ ਵੀ ਦੱਸਿਆ ਗਿਆ ਕਿ ਜੇ ਅਗਰ ਸਮਾਂ ਰਹਿੰਦੇ ਪਤਾ ਚੱਲ ਜਾਵੇ ਤਾਂ ਫਿਰ ਕੈਂਸਰ ਦਾ ਲਾਜ ਸੰਭਵ ਹੈ ਮੁੱਖ ਮੰਤਰੀ ਮਨੂਲਾ ਘੱਟ ਨੇ ਕਿਹਾ ਕਿ ਯੋਜਨਾ ਦਾ ਜਿਹੜਾ ਉਦੇਸ਼ ਆ ਉਹ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਆਉਣ ਵਾਲੇ ਵਿੱਤੀ ਜਿਹੜਾ ਬੋਝ ਆ ਉਹਨੂੰ ਘੱਟ ਕਰਨਾ ਸਰਕਾਰ ਦਾ ਮਕਸਦ ਆ ਕਿਉਂਕਿ ਕੈਂਸਰ ਦੇ ਜਿਹੜੇ ਗੰਭੀਰ ਰੋਗੀ ਨੇ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਜੀਵਨ ਦੇ ਵਿੱਚ ਜਿਹੜੀਆਂ ਰੋਜ਼ਮਰਾਂ ਦੀਆਂ ਖਰਚੇ ਨੇ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਨੇ ਮੈਡੀਕਲ ਜ਼ਰੂਰਤਾਂ ਹੁੰਦੀਆਂ ਕਿਉਂਕਿ ਦਵਾਈ ਮਹਿੰਗੀ ਹੁੰਦੀ ਹੈ ਔਰ ਇਸ ਤੋਂ ਬਾਅਦ ਉਹਨਾਂ ਨੇ ਇਸੇ ਕਰਕੇ ਜਿਹੜੇ ਮਾਸਕ ਤੌਰ ਤੇ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਹ ਉਹੀ 2750 ਰੁਪਏ ਲੈ ਸਕਦੇ ਨੇ ਜਿਹੜੇ ਹਰਿਆਣਾ ਦੇ ਵਸਨੀਕ ਨੇ ਹਰਿਆਣਾ ਦੇ ਵਸਨੀਕਾਂ ਨੂੰ ਹੀ ਇਹ 2750 ਰੁਪਏ ਸਰਕਾਰ ਨੇ ਜਿਹੜੇ ਨੇ ਕੈਂਸਰ ਮਰੀਜ਼ਾਂ ਨੂੰ ਦੇਣ ਦਾ ਫੈਸਲਾ ਕੀਤਾ ਹੈਗਾ ਹਰ ਮਹੀਨੇ ਮਿਲਿਆ ਕਰਨਗੇ ਔਰ ਇਹ ਹਰਿਆਣਾ ਦੀ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਜਿਸ ਦੇ ਚਲਦਿਆਂ ਜਿਹੜੇ ਕੈਂਸਰ ਤੋਂ ਪੀੜਤ ਜਿਹੜੇ ਮਰੀਜ਼ ਨੇ ਉਨਾ ਨੂੰ ਮਦਦ ਦੇ ਤੌਰ ਤੇ ਸਰਕਾਰ ਨੇ ਫੈਸਲਾ ਕੀਤਾਗਾ ਕਿ 2750 ਰੁਪਏ ਪ੍ਰਤੀ ਮਹੀਨਾ ਸਰਕਾਰ ਨੇ ਜਿਹੜਾ ਸਰਕਾਰ ਦਾ ਵਿਭਾਗ ਸਮਾਜਿਕ ਸੁਰੱਖਿਆ ਵਿਭਾਗ ਉਹਦੇ ਚੋਂ ਦੇਣ ਦਾ ਫੈਸਲਾ ਕੀਤਾ ਇਹ ਉਸੇ ਤਰਜ਼ ਦੇ ਦਿੱਤਾ ਗਿਆ ਜਿਵੇਂ ਸਰਕਾਰ ਨੇ ਬਾਕੀ ਬੁਢਾਪਾ ਪੈਚਣ ਜਾਂ ਅਨਾਥ ਬੱਚਿਆਂ ਨੂੰ ਦਿੱਤੀ ਜਾਂਦੀ ਜਾਂ ਵਿਧਵਾ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਮਨੂਰ ਲਾਲ ਖੱਟਨ ਸਰਕਾਰ ਨੇ 3-4 ਮਹੀਨੇ ਪਹਿਲਾਂ ਵੀ ਜਿਹੜੇ ਹਰਿਆਣਾ ਦੇ ਛੜੇ ਨੇ ਉਹਨਾਂ ਨੂੰ ਵੀ ਪੈਨਸ਼ਨ ਦਿੱਤੀ ਸੀ ਉਹ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ ਆ ਉਹਨਾਂ ਛੜਿਆਂ ਦੇ ਵਿੱਚ ਕਿਸੇ ਕਾਰਨ ਕਰਕੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹਨਾਂ ਨੂੰ ਛੜੇ ਹੀ ਕਿਹਾ ਜਾਂਦਾ ਚਾਹੇ ਕੋਈ ਬੰਦਾ ਚਾਹੇ ਔਰਤਾ ਜਿਨ੍ਹਾਂ ਵੀ ਲੋਕ ਨੇ ਉਹਨਾਂ ਨੂੰ ਸਰਕਾਰ ਨੇ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਜਿਨ੍ਹਾਂ ਦੀ ਉਮਰ 45 ਸਾਲ ਤੋਂ ਜ਼ਿਆਦਾ ਤੇ ਹੁਣ ਸਰਕਾਰ ਨੇ ਇਹ ਉਹਨਾਂ ਲੋਕਾਂ ਨੂੰ 2250 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਜਿਹੜੇ ਕੈਂਸਰ ਦੇ ਤੀਸਰੀ ਅਤੇ ਚੌਥੀ ਸਟੇਜ ਤੇ ਰੋਗੀ ਨੇ 1 ਜਨਵਰੀ 2024 ਤੋਂ ਹਰਿਆਣਾ ਦੇ ਵਿੱਚ ਅਜਿਹੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਏਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ